वेलकम बैक टू न्यूज़ टीवी 84। दर्शकों, ब्रेक तो बाद असी एक ऐसी सियासी शख्सियत ना गल करन जा रहे हैं जिन्हां दा सिख आजादी लहर दे विच बहुत वड्डा हाथ है अते उन्होंने अपनी सारी जिंदगी पंथक सेवा नूं समर्पित कर दिती। ते साडे नाल हुण जुड़ चुके ने सरदार हरचरणजीत सिंह धामी, पंजाब तो प्रेजिडेंट दल खालसा। सत श्री अकाल वीर जी, वेलकम टू माय न्यूज़ शो। वाहेगुरु जी का खालसा, वाहेगुरु जी की फतेह। वाहेगुरु जी का खालसा, वाहेगुरु जी की फतेह। वीर जी, सब तो पहला साढ़े सारे टीवी 84 दर्शकों तुसी ये दसो कि तुसी दल खालसा दे नाल किवें जुड़े। मैं दल खालसा नाल सरदार जगिंदर सिंह की शख्सियत तो प्रभावित होके जिन्होंने अपनी सारी जिंदगी सिख कौम की आजादी लई लगा दिती जी, और अज भी जलावतनी भोग रहे हैं, उन्होंने कवितावां पढ़ के दल खालसा नाल जुड़िया जी। उन्होंने जिहड़ी भाई जगिंदर सिंह दी शख्सियत है, उन्होंने दी पोएम्स है, मैं अज भी क्लेम करना कोई भी सिख पढ़ेगा जी उन्होंने अंदर आजादी चिणग पैदा होएगी और वो जरूर कौम नूं समर्पित होके कौम लई कुछ ना कुछ करना चाहूगा जी। जी वीर जी, ते वीर जी जिस तरह तुसी सारे जानदे पंजाब दे विच बाहर दे बैठे सिख भी जानदे कि प्रोफेसर दविंदरपाल सिंह भुल्लर जी नूं भारतीय सुप्रीम कोर्ट ने फांसी दी सजा दा फैसला सुना दित्ता, तुसी इस केस नूं किवें वेखदे हो? देखो काफी डिबेट चल रही, सारे वकील भी बोल रहे जी, और ये बिल्कुल एक जुडिशियल मर्डर है, फेलियर ऑफ इंडियन जुडिशियल सिस्टम है जी, और अनदर जिहड़ा जुडिशियल मर्डर होएगा अनदर। मैं ता कहना कि इस तो पहला इन्होंने सरदार केर सिंह जां होर भी ਕੀ ਬੇਦੋਸ਼ੇ ਆ ਜਿਹੜੇ ਫਾਂਸੀ ਚੜਾਏ ਆ ਜੀ, ਔਰ ਇਸ ਕੇਸ ਨੂੰ ਜੇ ਥੋੜਾ ਜਿਹਾ ਡਿਟੇਲ ਚ ਜਾਈਏ ਤਾਂ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਇਹਨਾਂ ਨੇ ਜਰਮਨ ਤੋਂ ਲਿਆਂਦਾ ਹਵਾਲਗੀ ਰਾਹੀਂ, ਹਾਂਜੀ, ਉੱਥੇ ਜਰਮਨ ਦੇ ਵਿੱਚ ਫਾਂਸੀ ਦੀ ਸਜ਼ਾ ਨਹੀਂ ਹੁੰਦੀ, ਉੱਥੇ ਨਹੀਂ ਕਮਿਟ ਕੀਤਾ ਜੀ, ਤਾਂ ਉਹਨਾਂ ਨੇ ਇਹਨਾਂ ਨੂੰ ਹੈਂਡਓਵਰ ਕੀਤਾ ਜੀ। ਔਰ ਹੁਣੇ ਹੀ ਜੇ ਇਹਨਾਂ ਦੇ ਦੂਸਰਾ ਦੇਖੀ ਮੈਂ ਦੱਸੂਗਾ ਕਿਸ ਤਰ੍ਹਾਂ ਵਰਕ ਕਰਦੇ ਆ। ਇਟਲੀ ਦੇ ਵਿੱਚੋਂ ਇਹਨੀ ਦੋ ਸੋਲਜਰਸ ਲਿਆਂਦੇ ਆ ਜੀ, ਇਹਨਾਂ ਨੇ ਇੱਥੇ ਇੰਡੀਆ ਦੇ ਵਿੱਚ ਗੋਲੀ ਮਾਰੀ ਆ ਉਹ ਸੈਨਿਕਾਂ ਨੇ ਮਛੇਰਿਆਂ ਨੂੰ, ਔਰ ਉੱਥੇ ਕਮਿਟ ਕਰਕੇ ਆਏ ਕਿ ਇਹਨਾਂ ਨੂੰ ਅਸੀਂ ਫਾਂਸੀ ਦੀ ਸਜ਼ਾ ਨਹੀਂ ਦੇਵਾਂਗੇ ਔਰ ਇਹ ਦੇਣਗੇ ਵੀ ਨਹੀਂ ਦੇਖਤ ਜੀ। ਦੂਸਰਾ ਉਹਦਾ ਜਿਹੜਾ ਪ੍ਰੂਫ ਹੈ ਜਿਹਦੇ ਤੇ ਉਹਨੂੰ ਫਾਂਸੀ ਦਿੱਤੀ ਗਈ ਹੈ ਉਹ ਕਨਫੈਸ਼ਨਲ ਸਟੇਟਮੈਂਟ ਹੈ, ਹਾਂਜੀ, ਪੁਲਿਸ ਟੌਰਚਰ ਰਾਹੀਂ ਸਬਜੈਕਟ ਕੀਤੀ ਹੈ ਸਾਰਿਆਂ ਨੂੰ, ਸਾਨੂੰ ਪਤਾ, ਔਰ ਕਿਸ ਤਰ੍ਹਾਂ ਪੁਲਿਸ ਟੌਰਚਰ ਕਰਦੀ ਹੈ, ਪੁਲਿਸ ਦੀ ਕਿੰਨੀ ਕੁ ਰਿਲਾਇਬਿਲਟੀ ਹੈ, ਇਹ ਸੁਪਰੀਮ ਕੋਰਟ ਜਿਹਨੇ ਇਹਨਾਂ ਨੂੰ ਉਹ ਆਪ ਰੋਜ਼ ਉਹਨਾਂ ਦੇ ਉੱਤੇ ਸਟ੍ਰਿਕਚਰਸ ਪਾਸ ਕਰਦੀ ਹੈ ਪੁਲਿਸ ਦੇ ਉੱਤੇ ਜੀ। ਫੋਰ ਐਗਜ਼ਾਮਪਲ ਇਸੇ ਪੁਲਿਸ ਨੇ, ਇੰਡੀਅਨ ਪੁਲਿਸ ਸਿਸਟਮ ਨੇ ਸਮਝੌਤਾ ਐਕਸਪ੍ਰੈਸ ਅਜਮੇਰ ਸ਼ਰੀਫ ਚ ਬੰਬ ਕਾਂਡ ਹੋਏ ਸੀ ਜੀ, ਔਰ ਉਹਦੇ ਵਿੱਚ ਉਸ ਵਿੱਚ ਫੜ ਕੇ ਉਹਨਾਂ ਤੋਂ ਮਨਾ ਕੇ ਪ੍ਰੂਫ ਕਰਕੇ ਉਹਨਾਂ ਨੂੰ ਬਕਾਇਦਾ ਜੇਲ੍ਹ ਚ ਮੁਸਲਿਮ ਯੂਥ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਸੀ ਜੀ। ਬਾਅਦ ਦੇ ਵਿੱਚ ਜਦ ਕਿ ਉਹ ਫਿਰ ਨਿਕਲਿਆ ਕਿ ਉਹ ਐਕਚੁਅਲੀ ਕਰਨ ਵਾਲੇ ਆਰਐਸਐਸ ਨਾਲ ਜੁੜੇ ਹੋਏ ਕਰਨਲ ਪੁਰੋਹਿਤ ਪ੍ਰਗਿਆ ਤੇ ਹੋਰ ਜਿਹੜੇ ਉਹਨਾਂ ਦੇ ਵਰਕਰ ਸੀਗੇ ਜੀ, ਸੋ ਇਹੋ ਹੀ ਸਿਸਟਮ ਹੈ ਨਾ ਜਿਹੜਾ ਪੁਲਿਸ ਨੇ ਐਕਸੈਪਟ ਕਰ ਲਿਆ, ਪ੍ਰੂਫ ਵੀ ਕਰ ਲਿਆ, ਔਰ ਇਹ ਉਹਦੇ ਉਹਨੂੰ ਇੰਨਾ ਰਿਲਾਇਬਲ ਮੰਨ ਰਹੇ ਆ ਉਹਦੀ ਕਨਫੈਸ਼ਨਲ ਸਟੇਟਮੈਂਟ ਨੂੰ। ਇਹ ਕਨਫੈਸ਼ਨਲ ਸਟੇਟਮੈਂਟ ਦੀ ਗੱਲ ਹੈ, ਇਹ ਸਿੱਖ ਕੌਮ ਨੂੰ ਵੀ ਇਹ ਦੇਣ, ਜਗਦੀਸ਼ ਟਾਈਟਲਰ ਤਾਂ ਸੱਜਣ ਕੁਮਾਰ, ਅਸੀਂ ਇੱਕ ਘੰਟੇ ਦੇ ਵਿੱਚ ਉਹਨਾਂ ਤੋਂ ਜੋ ਕਹੋ ਅਸੀਂ ਕਨਫੈਸ਼ਨਲ ਸਟੇਟਮੈਂਟ ਦੇ ਦਿਆਂਗੇ। ਉਹ ਜਿਸ ਤਰ੍ਹਾਂ ਤਰੀਕ ਭੁਗਤਣ ਜਾਂਦੇ ਆ, ਦੰਦ ਕੱਢਦੇ, ਸਿੱਖਾਂ ਨੂੰ ਜਲੀਲ ਕਰਦੇ ਆ ਜਦੋਂ, ਔਰ ਉਹਨਾਂ ਦੇ ਇੰਨੇ ਗਵਾਹ ਹੈ ਸਾਡੇ ਕੋਲ, ਇਹਨਾਂ ਭੁੱਲਰ ਦੇ ਖਿਲਾਫ਼ ਇੱਕ ਵੀ ਗਵਾਹ ਨਹੀਂ ਹੈ ਇਹਨਾਂ ਕੋਲ, ਔਰ ਜਿਹੜੀ ਜੱਜਮੈਂਟ ਹੈ ਉਹ ਪੁਆਇੰਟਸ ਹੈ ਕਿ ਜਿਹੜੀ ਜੱਜਮੈਂਟ ਹੈ ਉਹ ਸੁਪਰੀਮ ਜੱਜਮੈਂਟ ਹੈ, ਚੀਫ ਜਸਟਿਸ ਆਫ ਇੰਡੀਆ ਜਿਹੜਾ ਉਹਨੇ ਕਿਹਾ ਕਿ ਇਹਦਾ ਕੋਈ ਪ੍ਰੂਫ ਨਹੀਂ ਹੁੰਦਾ, ਲੇਕਿਨ ਜਿਹੜੇ ਦੋ ਦੂਸਰੇ ਜੱਜ ਸੀ ਉਹਨਾਂ ਨੇ ਸਜ਼ਾ ਦਿੱਤੀ ਹੈ, ਲੇਕਿਨ ਮੌਤ ਦੀ ਸਜ਼ਾ ਦੇਣ ਤੋਂ ਬਾਅਦ ਵੀ ਉਹਨੇ ਇੱਕ ਰਾਈਟਰ ਲਗਾਇਆ ਨੋਟ ਦਿੱਤਾ ਕਿ ਇਹ ਜਦੋਂ ਜੱਜਮੈਂਟ ਰਾਸ਼ਟਰਪਤੀ ਕੋਲ ਜਾਵੇ ਤਾਂ ਆਹ ਜਿਹੜੀ ਚੀਫ ਜਸਟਿਸ ਨੇ ਜਿਹੜਾ ਇਹਨੂੰ ਕੁਇਟ ਕੀਤਾ ਧਿਆਨ ਦੇ ਵਿੱਚ ਰੱਖਿਆ ਜਾਵੇ ਜੀ। ਪਰ ਇਹਨਾਂ ਨੇ ਜਿਹੜੀ ਹੋਮ ਮਿਨਿਸਟਰੀ ਆ ਬਾਇਸ ਆ, ਇਹਨਾਂ ਨੇ ਇਹ ਜਿਹੜਾ ਫੈਕਟ ਸੀਗਾ ਇਹ ਉਹਨੂੰ ਰਾਸ਼ਟਰਪਤੀ ਨੂੰ ਜਾਂ ਹੋਰਨਾਂ ਨੂੰ ਨਹੀਂ, ਮਤਲਬ ਹੋਮ ਮਿਨਿਸਟਰੀ ਨੇ ਛੁਪਾਇਆ, ਇਹ ਕੰਸਿਡਰ ਨਹੀਂ ਕੀਤਾ ਗਿਆ। ਕੰਪਲੀਟ ਜੱਜਮੈਂਟ ਨੂੰ ਕਦੀ ਵੀ ਫਾਂਸੀ ਨਹੀਂ ਦਿੱਤੀ ਜਾਂਦੀ, ਇਸ ਤਰ੍ਹਾਂ ਦੇ ਬਹੁਤ ਹੈ। ਹੁਣ ਜਿਹੜਾ ਲੇਟੈਸਟ ਆ, ਅੱਜ ਡਾਕਟਰ ਦਸਾਈ ਨੇ ਵੀ ਜਿਹੜੀ ਆਪਣੀ ਹੈਲਥ ਰਿਪੋਰਟ ਭੇਜੀ ਆ, ਉਹਨੇ ਲਿਖਿਆ ਕਿ ਕਿਉਂਕਿ 18 ਸਾਲ ਹੋ ਗਏ ਉਹਨੂੰ, ਤੇ ਉਹ 18 ਸਾਲਾਂ ਦੇ ਵਿੱਚ ਉਹ ਮਾਨਸਿਕ ਤੌਰ ਤੇ ਵੀ ਪੂਰੇ ਠੀਕ ਨਹੀਂ ਰਹੇ, ਉਹ ਜਿਹੜਾ ਬਿਮਾਰ ਹੈ ਉਹਨੂੰ ਨਹੀਂ ਹੈਂਗ ਨਹੀਂ ਕੀਤਾ ਜਾ ਸਕਦਾ। ਸੋ ਇਹ ਫਿਰ ਇੰਡੀਆ ਦਾ ਡਬਲ
है इंडियन होम मिनिस्ट्री का, एक पास उत्ते सरजीत सिंह नूं इह रोज कहिंदे आ पाकिस्तान दे विच इहनूं छड्डो जी। हां जी, लेकिन इत्थे अपने इहनूं एक जिहड़े इन्ने पॉइंट्स है किस तरह भी उहदी फांसी बणदी नहीं, उहनूं इह हैंग करन दीआं तैयारियां करी बैठे। इहनां दे डबल स्टैंडर्ड है और इह स्टैंडर्ड भी इस करके है, तुहानूं याद होगा जदों अफजल गुरु नूं फांसी दित्ती उहदे च वी जजमेंट च लिखिआ है फांसी देना बहुत जरूरी है। लोका नूं खुश करना है ये तुहानूं पता है, और जिहड़ा इंडिया का मीडिया है ये पहला मीडिया ट्रायल ही चला दिंदा है, और जद के किशोरी लाल जिन्हें दिल्ली दंगिया जे एक बंदे नूं सजा होई हुई उन्हें नौ खेसां दे विच फांसी हुई थी जी। तो किशोरी लाल नूं छड्ड दित्ता गया, दारा सिंह ने जिहड़े ईसाई मिशनरी कतल कीता सी उड़ीसा दे विच परिवार दे नाल छोटे छोटे बच्चे उन्हें माफी दित्ती गई जी। इंडिया का जिहड़ा डबल स्टैंडर्ड है, सो इन्हां सारिआं नूं पाहे रख के साइड ते रख के एक जुडिशियल मर्डर ਕੀਤਾ ਜਾ ਰਿਹਾ ਹੈ, ਪੋਲੀਟੀਕਲ ਮਰਡਰ ਹੈ, ਸਿਆਸਤ ਦੀ ਬੂਹ ਹੈ। ਇਹ ਨਹੀਂ ਆਪਣੇ ਨਫੇ ਨੁਕਸਾਨ ਦੇਖਣੇ ਆ ਸਿਆਸਤ ਦੇ, ਇਹਦੇ ਵਿੱਚ ਜਸਟਿਸ ਵਾਲੀ ਕੋਈ ਗੱਲ ਨਹੀਂ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਇੰਨੇ ਲੂਪ ਹੋਲ ਦੱਸੇ, ਕਾਨੂੰਨੀ ਲੂਪ ਹੋਲ ਦੱਸੇ, ਤੇ ਤੁਹਾਡੀ ਦਲ ਖਾਲਸਾ ਜਥੇਬੰਦੀ ਇਹਨਾਂ ਨੂੰ ਬਚਾਉਣ ਦੇ ਲਈ ਕੀ ਕਰ ਰਹੀ ਹੈ? ਅਸੀਂ ਦਲ ਖਾਲਸਾ ਜਥੇਬੰਦੀ ਬਾਕੀ ਸਾਰੀਆਂ ਸਿੱਖ ਜਥੇਬੰਦੀਆਂ ਨਾਲ ਦੇਖੋ ਮਿਲ ਕੇ ਅਸੀਂ ਚਾਹੁੰਦੇ ਕਿ ਜਿਹੜੇ ਇਹ ਲੂਪਹੋਲਸ ਹੈ ਇਹ ਦੁਨੀਆ ਦੇ ਵਿੱਚ ਐਕਸਪੋਜ਼ ਕੀਤਾ ਜਾਵੇ। ਅਸੀਂ ਤਾਂ ਫਾਂਸੀ ਦੀ ਸਜ਼ਾ ਹੋਣੀ ਨਹੀਂ ਚਾਹੀਦੀ, ਇਹਦੇ ਲਈ ਮੁਹਿੰਮ ਚਲਾਈ ਦੀ ਫਾਂਸੀ ਦੀ ਸਜ਼ਾ ਬੰਦ ਹੀ ਹੋਣੀ ਚਾਹੀਦੀ ਹੈ, ਔਰ ਕਈ ਸਟੇਟਸ ਦੇ ਵਿੱਚ ਇਹ ਬੰਦ ਵੀ ਹੈ। ਔਰ ਇੱਥੇ ਜਿਹੜੀ ਇੰਡੀਆ ਦੇ ਵਿੱਚ ਜਿਹੜੀ ਜੁਡੀਸ਼ੀਅਲ ਸਿਸਟਮ ਹੈ ਸਿਲੈਕਟਿਵ ਹੈ, ਜਿਸ ਤਰ੍ਹਾਂ ਦੱਸਿਆ ਸਿਆਸਤ ਨੂੰ ਲਾਹਾ ਨੁਕਸਾਨ ਆਪਣਾ ਇਸ ਫੈਕਟਰ ਨੂੰ ਸਾਨੂੰ ਕਰਨਾ ਚਾਹੀਦਾ। ਹਰੇਕ ਵਿਅਕਤੀ ਜਥੇਬੰਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ, ਸ਼੍ਰੋਮਣੀ ਅਕਾਲੀ ਦਲ ਦਿੱਲੀ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਸੰਤ ਸਮਾਜ ਹੈ। ਸੋ ਇਹ ਸਾਰੇ ਜੋ ਵੀ ਯਤਨ ਕਰ ਰਹੇ ਆ, ਅਸੀਂ ਇਹਨਾਂ ਨੂੰ ਮਤਲਬ ਸਾਡੀ ਸਪੋਰਟ ਹੈ, ਅਸੀਂ ਇਹਨੂੰ ਸ਼ਲਾਘਾ ਕਰਦੇ ਹਾਂ, ਅਸੀਂ ਇਹਨੂੰ ਐਪਰੀਸ਼ੀਏਟ ਕਰਦੇ ਹਾਂ। ਅਸੀਂ ਵੀ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਨਿਰਦੋਸ਼ ਭਰਾ ਆ ਸਿੱਖ ਕੌਮ ਦਾ, ਇੱਕ ਨਿਰਦੋਸ਼ ਵਿਅਕਤੀ ਜਿਹਨਾਂ ਨੇ 10 ਸਾਲ ਤੋਂ ਜਿਹਨੂੰ ਅੰਦਰ ਟੱਕਿਆ ਹੋਇਆ ਹੈ, ਬਾਹਰ ਆਉਣਾ ਚਾਹੀਦਾ ਜੀ ਨਾ। ਪਰ ਇੱਕ ਸਾਡਾ ਥੋੜਾ ਜਿਹਾ ਹੈ ਕਿ ਦਿੱਲੀ ਵਾਲੇ ਇਹ ਵੀ ਚਾਹੁੰਦੇ ਆ, ਇਹ ਇੰਜੋਏ ਕਰਦੇ ਆ ਕਿ ਸਿੱਖ ਕੌਮ ਇਹਨਾਂ ਦੀਆਂ ਲੇਲੜੀਆਂ ਕੱਢੇ ਜੀ। ਜਦੋਂ ਲੇਲੜੀਆਂ ਕੱਢਦੀ ਕੌਮ, ਅਸੀਂ ਇਹਨਾਂ ਦੀਆਂ ਲੇਲੜੀਆਂ ਕੱਢਦੇ ਨਜ਼ਰ ਨਹੀਂ ਆਉਣੇ ਚਾਹੀਦੇ ਜੀ ਭਾਸ਼ਾ ਚ ਜੀ। ਤੋ ਸਾਨੂੰ ਸਾਡੀ ਜਿਹੜੇ ਐਫਰਟਸ ਹੈ, ਯਤਨ, ਕੋਸ਼ਿਸ਼ ਜੋ ਵੀ ਅਸੀਂ ਕਰ ਰਹੇ ਹਾਂ, ਇਹ ਇਨਸਾਫ ਲੈਣ ਲਈ ਹੋਣੇ ਚਾਹੀਦੇ ਆ ਜੀ। ਇਹ ਦੁਨੀਆ ਨੂੰ ਦੱਸਣ ਲਈ ਹੋਣੇ ਚਾਹੀਦੇ ਕਿ ਜੁਡੀਸ਼ੀਅਲ ਮਰਡਰ ਹੈ, ਜਿਸ ਤਰ੍ਹਾਂ ਨਹੀਂ ਪਹਿਲਾਂ ਕੇਹਰ ਸਿੰਘ ਨੂੰ ਜਾਂ ਹੋਰ ਸਾਡੇ ਹਜ਼ਾਰਾਂ ਭਰਾਵਾਂ ਨੂੰ ਮਾਰਿਆ ਜੀ। ਔਰ ਇਹ ਸਾਡਾ ਰਾਈਟ ਇਨਸਾਫ ਲੈਣਾ, ਅਸੀਂ ਪਾਰ ਵਿਦ ਅਦਰ ਦੂਜੀਆਂ ਕੌਮਾਂ ਵਾਂਗ ਸਾਨੂੰ ਵੀ ਇਨਸਾਫ ਮਾਉਣਾ ਚਾਹੀਦਾ ਜੀ। ਪਰ ਇਹਦੇ ਵਿੱਚੋਂ ਕੌਮ ਦੀ ਕਮਜ਼ੋਰੀ ਨਜ਼ਰ ਨਹੀਂ ਆਣੀ ਚਾਹੀਦੀ, ਅਸੀਂ ਕੋਈ ਰਹਿਮ ਦੀ ਭੀਖ ਨਹੀਂ ਮੰਗਦੇ ਜੀ। ਅਸੀਂ ਬੇਇਨਸਾਫੀ ਵਿਰੁੱਧ ਲੜਨ ਲਈ ਲੜਨਾ ਚਾਹੀਦਾ, ਸਾਨੂੰ ਆਪਣੇ ਬੇਕਸੂਰ ਭਰਾ ਨੂੰ ਰਿਹਾ ਕਰਾਉਣਾ ਚਾਹੀਦਾ ਜੀ। ਵਰਲਡ ਤੇ ਸਾਰੀ ਦੁਨੀਆ ਲੈਵਲ ਤੇ ਪ੍ਰੈਸ਼ਰ ਬਣਾਉਣਾ ਚਾਹੀਦਾ ਜੀ। ਸਾਡੇ ਜਿਹੜੇ ਹਜ਼ਾਰਾਂ ਭਰਾ ਸ਼ਹੀਦ ਹੋ ਗਏ, ਉਹਨਾਂ ਦੀ ਕੁਰਬਾਨੀ ਨੂੰ ਘੱਟੇ ਚ ਰੋਲ ਕੇ ਲੇਲੜੀਆਂ ਨਹੀਂ ਕੱਢਣੀਆਂ ਚਾਹੀਦੀਆਂ ਜੀ। ਬਿਲਕੁਲ ਜੀ। ਅਸੀਂ ਤੇ ਵੀਰ ਜੀ, ਜਿਸਾ ਪ੍ਰੋਫੈਸਰ ਭੁੱਲਰ ਜਾਂ ਫਿਰ ਭਾਈ ਹਵਾਰਾ ਜਾਂ ਭਾਈ ਰਾਜੂ ਮਾਨਾ, ਇਹਨਾਂ ਸਾਰਿਆਂ ਦੇ ਕੇਸਿਸ ਦਾ ਫੈਸਲਾ ਦੇਖਣ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਭਾਰਤੀ ਅਦਾਲਤ ਸਿਸਟਮ ਵਿੱਚ ਸਿੱਖਾਂ ਨੂੰ ਇਨਸਾਫ ਮਿਲ ਸਕਦਾ ਹੈ? ਦੇਖੋ, ਇਹਨਾਂ ਨੇ ਇਨਸਾਫ ਤਾਂ ਬਿਲਕੁਲ ਨਹੀਂ ਦੇਣਾ ਜੀ। ਇਹ ਕੋਈ ਇਹਨਾਂ ਦੀ ਨਹੀਂ ਗੱਲ, ਇਨਸਾਫ ਤਾਂ ਇਹਨੀ ਸ਼ੁਰੂ ਤੋਂ ਹੀ ਨਹੀਂ ਕੀਤਾ। ਇਹਨੀ ਤਾਂ ਸਿੱਖ ਕੌਮ ਦੀ ਜਿਹੜੀ ਨਸਲਕੁਸ਼ੀ ਹੈ ਉਹ ਆਰੰਭੀ ਹੋਈ ਹੈ ਬੜੀ ਦੇਰ ਤੋਂ ਜੀ। ਇਹ ਹਰੇਕ ਔਰ ਕੋਈ ਇਨਸਾਫ਼ ਨਹੀਂ ਹੋਇਆ। ਜੇ ਇਨਸਾਫ ਦੀ ਗੱਲ ਹੋਵੇ ਤਾਂ ਹੁਣ ਜਿਸ ਤਰ੍ਹਾਂ ਭਾਈ ਕੁਲਵੀਰ ਸਿੰਘ ਬੜਾ ਪਿੰਡ ਹੈ, ਭਾਈ ਦਲਜੀਤ ਸਿੰਘ ਬਿਰਦੂ ਆ, ਉਹ ਕਿਹੜੇ ਸਿਸਟਮ ਦੇ ਅੰਦਰ ਹੈ? ਔਰ ਜੇ ਇਨਸਾਫ਼ ਹੋਣਾ ਹੋਵੇ ਤਾਂ ਜਿਹੜਾ ਸੁਮੇਧ ਸਿੰਘ ਸੈਣੀ ਹੈ, ਜਿਹਨੇ ਪ੍ਰੋਫੈਸਰ ਭੁੱਲਰ ਦੇ ਮਾਸੜ ਜੀ ਪਿਤਾ ਜੀ ਮਾਰੇ ਹੋਏ ਹੈ, ਈਵਨ ਆਪਣੇ ਰਿਸ਼ਤੇਦਾਰ ਮਾਰੇ ਹੋਏ ਹੈ, ਇਹਨੂੰ
डीजीपी लगाया जाना चाहिदा। एक फिल्म है जिहड़ी जिहड़ी थांदे थोड़े जिहे जख्मां नूं जां थोड़ा जिहा सिख दी प्रॉब्लम नूं जां साडा पॉइंट ऑफ व्यू आ जिहड़ा उहनूं भी हाईलाइट करदी है जां सिस्टम नूं एक्सपोज करदी आ। ईवन ओह फिल्म नहीं चलन दिंदे। सो इत्थे इंसाफ वाली इन्हां दी इंसाफ दी इच्छा नहीं है जी, लेकिन भी सानूं प्रेशर बिल्ड करके जिस तरह तुसी दुनिया दे विच बाहर तुसी अपना जिहड़ा विचार है खुल के रख सकदे आ। जिस तरह इंग्लैंड दे विच संगतां 5 दिन तो बैठियां उन्हें मोर्चा लाया होया है जी। तो ये जिहड़े यत्न है इन्हां दे प्रेशर ते अपना नफा नुकसान देख के दुनिया दे विच अपनी जिहड़ी इन्हां दी बहुत ज्यादा बेइज्जती, जिस तरह हुणे सरदार खालड़ा नूं उन्हें एक सम्मान दिता है मैसेंजर ऑफ पीस इस तरह ह्यूमन राइट्स का चैंपियन कैनेडा दे विच। तो इस तरह के प्रेशर की थोड़े बहुत इंसाफ जां बचा दी असीं आस रख सकते जी। तो वीर जी साडा समा समाप्ति वल जा रहा है, पर असीं चाहवांगे कि तुसीं टीवी 84 दे जिन्ने वी तुहानूं दर्शक सुन रहे ने वेख रहे ने तुसीं उहनां नूं दस्सो कि सानूं इंडिया तों इंसाफ नहीं मिलना पर साडा दूसरा रस्ता की है। दूसरा रास्ता देखो इंसाफ नहीं मिलना, लेकिन इंसाफ दे लई लड़दे दा रहा जाना चाहिदा। देखो एक्चुअली दा अल्टीमेट दा जिन्ना असी वी आर स्टेटलेस पीपल, साडी कोई स्टेट नहीं है, साडी कोई आवाज नहीं है जी। असी आजादी लई लड़ रहे हैं जी। तो ये दुनिया और किस तरह कहंदे ना जिस तरह जिहड़ा एक जेनोसाइड हुंदा, जेनोसाइड दे खिलाफ लड़दे रहना ही जिहड़ी हुंदी है ਉਹ ਆਜ਼ਾਦੀ ਦੀ ਲੜਾਈ ਹੁੰਦੀ ਹੈ। ਸਾਨੂੰ ਇਹਨਾਂ ਦੇ ਵਿਰੁੱਧ ਸਾਡੀ ਬੇਇਨਸਾਫੀ ਦੇ ਵਿਰੁੱਧ ਲੜਦੇ ਰਹਿਣਾ ਚਾਹੀਦਾ, ਆਪਣੀ ਆਵਾਜ਼ ਉਠਾਉਣੀ ਚਾਹੀਦੀ, ਔਰ ਜਿਹੜਾ ਸਾਡਾ ਡਾਇਸਪੋਰਾ ਬਹੁਤ ਸਟਰੋਂਗ ਹੋਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਟੀਵੀ 84 ਦੀ ਵੀ ਗੱਲ ਕੀਤੀ ਆ, ਇਹ ਮੀਡੀਆ ਦੇ ਵਿੱਚ ਅਸੀਂ ਬਿਲਕੁਲ ਪਿੱਛੇ ਆ। ਮੀਡੀਆ ਟ੍ਰਾਇਲ ਤਾਂ ਸਾਨੂੰ ਇਹ ਪਹਿਲਾਂ ਹੀ ਇੱਕ ਟੈਰਰਿਸਟ ਇਹ ਉਹ ਪਤਾ ਨੀ ਕਿੰਨੇ ਕਿੰਨੇ ਸਾਨੂੰ ਹਾਰਡ ਕੋਰ ਇਹ ਉਹ ਲਗਾ ਕੇ ਇੰਨਾ ਬਦਨਾਮ ਕਰਦਾ। ਈਵਨ ET84 ਦੇ ਦੰਗਿਆਂ ਦੀ ਜਦੋਂ ਗੱਲ ਕਰਦੇ ਆ ਤਾਂ ਮੀਡੀਆ ਨੇ ਤਾਂ ਪਹਿਲਾਂ ਹੀ ਇੱਕ ਹਾਈਪ ਕ੍ਰੀਏਟ ਕਰ ਦਿੱਤਾ ਸੀ ਕਿ ਸਿੱਖਾਂ ਨੂੰ ਮਾਰਨਾ ਹੈ, ਮਾਰਨ ਤੋਂ ਪਹਿਲਾਂ ਹੀ ਤੇ ਸਾਨੂੰ ਇੰਨੇ ਮਾੜੇ ਉਹ ਨਹੀਂ ਬਣਾ ਦਿੱਤਾ ਸੀ। ਸੋ ਇਹ ਸਾਡੇ ਕੋਲ ਕੋਈ ਸਟੇਟ ਕੰਟਰੋਲਡ ਮੀਡੀਆ ਨਹੀਂ ਹੈ, ਲੇਕਿਨ ਜਿਸ ਤਰ੍ਹਾਂ ਤੁਸੀਂ ਟੀਵੀ 84 ਹੈ ਸੋ ਇਹ ਬਹੁਤ ਵੈਲਕਮ ਹੈ। ਇਹ ਇਸ ਖਿੱਤੇ ਦੇ ਵਿੱਚ ਅਸੀਂ ਬਹੁਤ ਪਿੱਛੇ ਹਾਂ, ਮਤਲਬ ਇਹਦੀ ਬੜੀ ਲੋੜ ਹੈ ਸਾਨੂੰ। ਸਾਡਾ ਆਪਣਾ ਹੋਵੇ ਜਿਹਦੇ ਵਿੱਚ ਅਸੀਂ ਆਪਣਾ ਜਿਹੜਾ ਵਿਊ ਪੁਆਇੰਟ ਹੈ ਉਹ ਦੁਨੀਆ ਨੂੰ ਦੱਸ ਸਕੀਏ, ਦੁਨੀਆ ਨੂੰ ਦੱਸ ਸਕੀਏ ਕਿ ਸਾਡੇ ਨਾਲ ਕਿਸ ਤਰ੍ਹਾਂ ਧੱਕਾ ਹੋ ਰਿਹਾ ਹੈ, ਲੋਕ ਲਹਿਰ ਖੜੀ ਕਰ ਸਕੀਏ। ਔਰ ਮੈਂ ਤਾਂ ਚਾਹੂੰਗਾ ਕਿ ਜਿਹੜਾ ਤੁਹਾਡਾ ਟੀਵੀ 84 ਚੈਨਲ ਹੈ ਇਹ 24 hours ਔਰ ਇੰਗਲਿਸ਼ ਦੇ ਵਿੱਚ ਹੋਰ ਵੱਖ ਵੱਖ ਲੈਂਗੁਏਜਸ ਵਿੱਚ ਵੀ ਪ੍ਰੋਡਿਊਸ ਹੋਵੇ, ਕਿਉਂਕਿ ਸਾਡੇ ਜਿਹੜੇ ਬੱਚੇ ਆ ਨਿਊ ਜਨਰੇਸ਼ਨ ਹੈ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਜਿੱਥੇ ਸਿੱਖੀ ਦਾ ਜਨਮ ਹੋਇਆ ਉੱਥੇ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਹੈ, ਆਰਥਿਕ ਤੌਰ ਤੇ, ਹੈਲਥ ਤੇ, ਐਜੂਕੇਸ਼ਨ ਤੇ, ਫਿਜ਼ੀਕਲ ਰਿਲੀਜੀਅਸ, ਸਾਨੂੰ ਹਰੇਕ ਤਰ੍ਹਾਂ ਨਾਲ ਐਲੀਮੀਨੇਟ ਜਿਹੜੇ ਇਸ ਤਰ੍ਹਾਂ ਦੇ ਯਤਨ ਹੈ ਟੀਵੀ 84 ਹੈ ਇਹਨਾਂ ਨੂੰ ਘੱਟੋ ਘੱਟ ਫਾਈਨੈਂਸ਼ੀਅਲ ਦੇਈਏ, ਸਾਡਾ ਕੋਈ ਅੱਛਾ ਚੈਨਲ ਹੈ ਸਿੰਘ ਬਾਰੇ ਇੰਨੇ ਬੁੱਧੀਜੀਵੀ ਹੈ ਔਰ ਜਿੰਨੀ ਉਹ ਮਿਹਨਤ ਕਰਦੇ ਆ, ਅਸੀਂ ਵੀ ਨਹੀਂ ਕਰਦੇ, ਜਿੱਥੋਂ ਜਿੱਥੋਂ ਗੱਲਾਂ ਲੱਭ ਕੇ ਲਿਆਉਂਦੇ ਆ ਜੋ ਡਾਟੇ ਕਈ ਵਾਰੀ ਉਹਨਾਂ ਨੂੰ ਵੀ ਅਸੀਂ ਯੂਜ਼ ਕਰਕੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਸਾਡੇ ਨਾਲੋਂ ਤੁਸੀਂ ਕਿੰਨੇ ਅੱਗੇ ਆ। ਜੀ ਬਿਲਕੁਲ। ਤੇ ਵੀਰ ਜੀ ਇਸ ਦੇ ਨਾਲ ਹੀ ਮੈਂ ਤੁਹਾਡੇ ਕਿਜ਼ਾਤ ਰਹਿਣੀ ਕਿਉਂਕਿ ਸਾਡਾ ਟਾਈਮ ਸਮਾਪਤੀ ਵੱਲ ਜਾ ਰਿਹਾ, ਟਾਈਮ ਨਾਲ ਨਾਲ ਸਾਨੂੰ ਫਿਰ ਤੋਂ ਰਾਬਤਾ ਕਰਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਇਸ ਦੌਰਾਨ ਮੈਂ ਤੁਹਾਡੇ ਕੋਲ ਵੀ ਇਜਾਜ਼ਤ ਲੈਣੀ ਹੈ, ਕੱਲ੍ਹ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਦੇ ਉੱਪਰ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।